ਜੀਵੇ ਸੋਨਿਆ ਜੀ ਫਿਲਮ ਬਣਾਏਗੀ ਇਤਿਹਾਸ ਫਿਲਮ ਦਾ ਪ੍ਰੀਮੀਅਰ ਕੀਤਾ ਜਾ ਰਿਹਾ ਹੈ ਵਰਲਡ ਦੇ ਲਾਰਜੇਸਟ ਸਿਨੇਮਾ ਦੇ ਵਿੱਚ ਜੀ ਹਾਂ ਬਿਲਕੁਲ ਵਰਲਡ ਦੇ ਲਾਰਜੇਸਟ ਸਿਨੇਮਾ ਰੀਅਲ ਸਿਨੇਮਾਸ ਦੁਬਈ ਮਾਲ ਦੇ ਵਿੱਚ ਇਸ ਫਿਲਮ ਦਾ ਪ੍ਰੀਮੀਅਰ ਕੀਤਾ ਜਾ ਰਿਹਾ ਹੈ 14th ਫੈਬਰੂਰੀ 2024 ਯਾਨੀ ਕਿ ਕੱਲ ਨੂੰ ਇਸ ਫਿਲਮ ਦੇ ਪ੍ਰੀਮੀਅਰ ਨੂੰ ਵੈਲੈਂਟਾਈਨਸ ਡੇ ਵਾਲੇ ਦਿਨ ਰੱਖਿਆ ਗਿਆ ਹੈ ਤੇ ਇਸ ਫਿਲਮ ਦੇ ਪ੍ਰੀਮੀਅਰ ਤੇ ਜਿੱਥੇ ਫਿਲਮ ਦੀ ਸਟਾਰ ਕਾਸਟ ਪਹੁੰਚੇਗੀ ਉਥੇ ਹੀ ਹੋਰ ਵੀ ਇੰਡਸਟਰੀ ਦੇ ਕਈ ਸਿਤਾਰੇ ਇਸ ਪ੍ਰੀਮੀਅਰ ਦੇ ਵਿੱਚ ਸ਼ਿਰਕਤ ਕਰਨ ਵਾਲੇ ਨੇ ਸੋ ਰੋਮਾਂਟਿਕ ਫਿਲਮਾਂ ਦੇ ਲਵਰਸ ਲਈ ਜਾਂ ਕਹਿ ਲਈਏ ਕਿ ਕਪਲਸ ਲਈ ਇਹ ਫਿਲਮ ਕਾਫੀ ਜ਼ਿਆਦਾ ਸਪੈਸ਼ਲ ਹੋਣ ਵਾਲੀ ਹੈ ਤੇ ਉੱਥੇ ਹੀ ਫਿਲਮ ਦਾ ਪ੍ਰੀਮੀਅਰ ਵੀ ਰੱਖਿਆ ਗਿਆ ਹੈ ਵੈਲੈਂਟਾਈਨਸ ਡੇ ਵਾਲੇ ਦਿਨ ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਪਹਿਲੀ ਪੰਜਾਬੀ ਫਿਲਮ ਹੈ ਜਿਸ ਦਾ ਵਰਲਡ ਦੇ ਲਾਰਜੈਸਟ ਸਿਨੇਮਾ ਦੇ ਵਿੱਚ ਪ੍ਰੀਮੀਅਰ ਕੀਤਾ ਜਾ ਰਿਹਾ ਹੈ ਦੁਬਈ ਦੇ ਵਿੱਚ ਇਹ ਪ੍ਰੀਮੀਅਰ ਹੋਣ ਜਾ ਰਿਹਾ ਹੈ ਸੋ ਇਹ ਕਾਫੀ ਮਾਣ ਵਾਲੀ ਗੱਲ ਹੈ ਪੰਜਾਬੀ ਸਿਨੇਮਾ ਦੇ ਵਾਸਤੇ ਵੀ ਤੇ ਪੰਜਾਬੀ ਸਿਨੇਮਾ ਦੀ ਗ੍ਰੋਥ ਵੀ ਅਸੀਂ ਇਸ ਫਿਲਮ ਤੋਂ ਦੇਖ ਸਕਦੇ ਆ ਤੇ ਨਾਲ ਹੀ ইমরান ਅਬਾਸ ਤੇ ਸਿਮੀ ਚਾਹਲ ਦੀ ਜੋੜੀ ਸਾਨੂੰ ਪਹਿਲੀ ਵਾਰੀ ਬਿੱਗ ਸਕਰੀਨਸ ਤੇ ਵੇਖਣ ਨੂੰ ਮਿਲ ਜਾਵੇਗੀ। ਵੈਲੇ ਫਿਲਮ 16 ਫਰਵਰੀ 2024 ਨੂੰ ਰਿਲੀਜ਼ ਹੋ ਰਹੀ ਹੈ ਲੇਕਿਨ ਪ੍ਰੀਮੀਅਰ 14th ਫੈਬ ਨੂੰ ਕੀਤਾ ਜਾ ਰਿਹਾ ਹੈ ਦੁਬਈ ਦੇ ਵਿੱਚ। ਸੋ ਫਿਲਮ ਦੇ ਰਿਲੀਜ਼ ਲਈ ਤੁਸੀਂ ਕਿਨੇ ਐਕਸਾਈਟਡ ਹੋ ਕਮੈਂਟ ਕਰਕੇ ਜ਼ਰੂਰ ਦੱਸੋ। ਪ੍ਰੀਮੀਅਰ ਜੋ ਕਿ ਵਰਲਡ ਦੇ ਸਭ ਤੋਂ ਵੱਡੇ ਸਿਨੇਮਾ ਦੇ ਵਿੱਚ ਹੋ ਰਿਹਾ ਹੈ ਉਸ ਦੇ ਲਈ ਤੁਹਾਡਾ ਕੀ ਕਹਿਣਾ ਹੈ ਵੀ ਕਮੈਂਟ ਕਰਕੇ ਦੱਸ ਸਕਦੇ ਹੋ। ਵੈਲ ਹੁਣ ਫਿਲਮ ਦੇ ਕ੍ਰੈਡਿਟਸ ਦੀ ਗੱਲ ਕਰੀਏ ਤੇ ਇਸ ਫਿਲਮ ਇਸ ਕਹਾਣੀ ਨੂੰ ਥਾਪਰ ਦੇ ਵੱਲੋਂ ਲਿਖਿਆ ਗਿਆ ਹੈ ਫਿਲਮ ਦੀ ਡਾਇਰੈਕਸ਼ਨ ਦਾ ਕ੍ਰੈਡਿਟ ਵੀ ਥਾਪਰ ਨੂੰ ਜਾਂਦਾ ਹੈ ਯਾਨੀ ਕਿ ਜੀਵੇ ਸੋਨਿਆ ਜੀ ਨੂੰ ਲਿਖਿਆ ਗਿਆ ਹੈ ਤੇ ਡਾਇਰੈਕਟ ਕੀਤਾ ਗਿਆ ਹੈ ਥਾਪਰ ਦੇ ਵੱਲੋਂ ਉੱਥੇ ਹੀ ਇਸ ਤੋਂ ਇਲਾਵਾ ਗੱਲ ਕਰੀਏ ਜੇ ਫਿਲਮ ਦੀ ਸਟਾਰ ਕਾਸਟ ਦੀ ਫਿਲਮ ਦੇ ਵਿੱਚ ਸਾਨੂੰ ਨਜ਼ਰ ਆ ਰਹੇ ਨੇ ਸਿਮੀ ਚਾਹਲ, ਇਮਰਾਨ ਅਬਾਸ, ਮਿੰਟੂ ਕਾਪਾ, ਉਦਾਇਆ ਵਕਤੀ, ਬਰੀਨ ਸ਼ਾ, ਅਮਨ ਬਲ ਤੇ ਸਵਰਾਜ ਸੰਧੂ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ ਸਨੀ ਰਾਜ, ਵਰੁਣ ਅਰੋੜਾ, ਅਮਿਤ ਜਨੇਜਾ ਤੇ ਪ੍ਰਭਜੋਤ ਸਿੱਧੂ ਦੇ ਵੱਲੋਂ ਇਸ ਫਿਲਮ ਨੂੰ ਕੋ-ਪ੍ਰੋਡਿਊਸ ਸਰਲਾ ਰਾਣੀ ਵੱਲੋਂ ਕੀਤਾ ਗਿਆ ਹੈ ਡੀਓਪੀ ਨੇ ਹਰਪ੍ਰੀਤ ਵੈਲ ਦੱਸੀ ਇਹ ਫਿਲਮ ਨੂੰ ਪ੍ਰੈਜ਼ੈਂਟ ਕਰ ਰਹੇ ਨੇ VH ਐਂਟਰਟੇਨਮੈਂਟ ਐਂਡ UNI ਫਿਲਮਸ ਯਾਨਕੀ VH ਐਂਟਰਟੇਨਮੈਂਟ ਐਂਡ UNI ਫਿਲਮਸ ਦੇ ਬੈਨਰ ਹੇਟ ਰਿਲੀਜ਼ ਹੋਣ ਵਾਲੀ ਹੈ ਫਿਲਮ ਜੀਵੇ ਸੋਣਿਆ ਜੀ ਇਸ ਫਿਲਮ ਦੇ ਕਈ ਗੀਤ ਤੇ ਫਿਲਮ ਦਾ ਟ੍ਰੇਲਰ ਆਲਰੇਡੀ ਰਿਲੀਜ਼ ਹੋ ਚੁੱਕਾ ਹੈ ਫਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਨੇ ਬੇਸ਼ੁਮਾਰ ਪਿਆਰ ਦਿੱਤਾ ਹੈ ਤੇ ਨਾਲ ਹੀ ਫਿਲਮ ਦਾ ਗੀਤ ਜ਼ਰੂਰੀ ਹੈ ਇਸ ਫਿਲਮ ਦਾ ਟਾਈਟਲ ਟਰੈਕ ਤੇ ਇਸ ਫਿਲਮ ਦਾ ਗੀਤ ਪੰਡਾ ਪੰਡਾਰੀਆ ਆਲਰੇਡੀ ਰਿਲੀਜ਼ ਹੋ ਚੁੱਕਿਆ ਫਿਲਮ ਦਾ ਗੀਤ ਵਫਾ ਕਾਲ ਯਾਨੀ ਕਿ 14th ਫਿਬਰੂਰੀ ਨੂੰ ਰਿਲੀਜ਼ ਹੋਣ ਵਾਲਾ ਸੋ ਕਿੰਨੇ ਐਕਸਾਈਟਡ ਹੋ ਫਿਲਮ ਦੇ ਪ੍ਰੀਮੀਅਰ ਲਈ ਫਿਲਮ ਦੇ ਗੀਤਾਂ ਲਈ ਤੇ ਫਿਲਮ ਦੀ ਰਿਲੀਜ਼ ਲਈ ਕਮੈਂਟ ਕਰਕੇ ਜ਼ਰੂਰ ਦੱਸਣਾ ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇਹ ਨਹੀਂ ਇਸ ਤੋਂ ਇਲਾਵਾ ਪਾਲੀਵੁੱਡ ਤੇ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਲੇਟੈਸਟ ਅਪਡੇਟ ਵੀਡੀਓ ਤੇ ਇੰਟਰਵਿਊਜ਼ ਲਈ ਤੁਸੀਂ ਜੁੜੇ ਰਹੋ ਦੇਸੀ ਚੈਨਲ ਦੇ ਨਾਲ ਧੰਨਵਾਦ